ਥੈਂਕ ਯੂ ਸਭ ਦਾ। ਮੈਂ ਸੇਂਟ ਸੋਲਜਰ ਗਰੁੱਪ ਨੂੰ ਥੈਂਕਸ ਬੋਲਦੀ ਹਾਂ ਕਿ ਮੈਂ ਇਸ ਸਟੇਜ 'ਤੇ ਅੱਜ ਦੂਜੀ ਵਾਰੀ ਆਨਰ ਹੋਈ ਹਾਂ। ਅੱਗੇ ਵੀ 2009 ਦੇ ਵਿੱਚ ਵੀ ਮੈਨੂੰ ਇੱਥੇ ਵੂਮੈਨਸ ਡੇ ਦੇ ਵਿੱਚ ਆਨਰ ਕੀਤਾ ਗਿਆ ਸੀ। ਮੈਨੂੰ ਇਸ ਕਾਬਲ ਬਣਾਇਆ, ਸਮਝਿਆ ਮੈਨੂੰ ਤੁਸੀਂ ਲੋਕਾਂ ਨੇ ਬਣਾਇਆ ਕਿ ਮੈਂ ਇੱਥੇ ਆ ਸਕੀ ਹਾਂ। ਮੈਂ ਪਹਿਲ ਐਨ ਜੀ ਓ ਇਸ ਵਕਤ ਚਲਾ ਰਹੀ ਹਾਂ। ਆਪਣੇ ਬਹੁਤ ਰੁਝਾਨ ਹੈ ਬੱਚਿਆਂ ਦਾ ਕਿ ਆਪਾਂ ਇੰਡੀਆ ਛੱਡ ਕੇ ਬਾਹਰ ਜਾ ਰਹੇ ਹਾਂ, ਬਾਹਰ ਸੈਟਲਮੈਂਟ ਵਾਸਤੇ ਹੋ ਰਹੇ ਹਾਂ। ਇੱਥੇ ਵਲੰਟਰੀ ਕੰਮ ਕਰਨ ਦੀ ਸਾਡੇ ਵਿੱਚ ਇੱਛਾ ਹੀ ਨਹੀਂ ਹੁੰਦੀ। ਅਗਰ ਵਲੰਟਰੀ ਐਜੂਕੇਸ਼ਨ ਬੱਚਿਆਂ ਨੂੰ ਐਜੂਕੇਸ਼ਨ ਦਾ ਇੱਕ ਪਾਰਟ ਬਣਾਇਆ ਜਾਵੇ, ਕਿਹਾ ਜਾਵੇ ਕਿ ਤੁਸੀਂ ਵਲੰਟਰੀ ਕੰਮ ਕਰੋ, ਇੱਥੇ ਬੱਚੇ ਬੈਠੇ ਨੇ ਵਿੱਚੋਂ ਬਹੁਤ ਸਾਰੇ ਬੱਚਿਆਂ ਦਾ ਸੁਪਨਾ ਹੋਏਗਾ ਕਿ ਅਸੀਂ ਬਾਹਰ ਜਾਈਏ, ਔਰ ਫਿਰ ਜਦੋਂ ਕਾਲਜ ਵਾਲੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਵਲੰਟਰੀ ਥੋੜ੍ਹੀ ਜਿਹੀ ਇੰਟਰਨਸ਼ਿਪ ਕਰਕੇ ਆਓ, ਤਾਂ ਫਿਰ ਬੱਚੇ ਸਾਡੇ ਕੋਲ ਆਉਂਦੇ ਨੇ ਪਹਿਲ ਐਨ ਜੀ ਓ ਦੇ ਵਿੱਚ ਕਿ ਮੈਡਮ ਸਾਨੂੰ ਸਰਟੀਫਿਕੇਟ ਚਾਹੀਦਾ ਵਲੰਟੀਅਰ ਕੰਮ ਦਾ। ਤਾਂ ਉਹਨਾਂ ਨੂੰ ਅਸੀਂ ਸਰਟੀਫਿਕੇਟ ਫੇਕ ਕਦੇ ਨਹੀਂ ਦਿੰਦੇ। ਉਹਨਾਂ ਨੂੰ ਕਹਿੰਦੇ ਆ ਕੰਮ ਕਰੋ, ਕੰਮ ਕਰਕੇ ਹੀ ਤੁਹਾਡੀ ਪਰਸਨੈਲਿਟੀ ਡਿਵੈਲਪ ਹੋਏਗੀ। ਔਰ ਇਹੀ ਮੈਂ ਚਾਹਨਾ, ਮੈਂ ਇਸ ਵਕਤ ਮੇਰੇ ਕੋਲ ਯੂਥ ਸਾਹਮਣੇ ਬੈਠਾ ਹੈ। ਮੈਂ ਬੈਠੀ ਸੀ ਪ੍ਰਿੰਸੀਪਲ ਸਰ ਦੇ ਕੋਲ ਅਤੇ ਉਹਨਾਂ ਨੇ ਦੱਸਿਆ ਕਿ ਤੁਹਾਡੇ ਅੱਜ ਕੱਲ੍ਹ ਇਗਜ਼ਾਮ ਡੇਜ਼ ਚੱਲ ਰਹੇ ਨੇ, ਇਸ ਤੋਂ ਪਹਿਲਾਂ ਕਨਵੋਕੇਸ਼ਨ ਹੋ ਕੇ ਹਟੀ ਹੈ, ਹੁਣ ਵੂਮੈਨਸ ਡੇ ਦੀ ਤਿਆਰੀ ਕੀਤੀ ਹੈ, ਔਰ ਕਿਸ ਤਰ੍ਹਾਂ ਤਿਆਰੀ ਹੋਈ ਉਹ ਵੀ ਮੈਂ ਸਰ ਨੇ ਕਾਫੀ ਡਿਟੇਲ 'ਚ ਦੱਸਿਆ। ਔਰ ਮੈਂ ਦੇਖ ਵੀ ਰਿਹਾ ਕਿ ਸਾਰੇ ਟੀਚਰਸ ਵੀ ਔਰ ਕਿੰਨੇ ਰੋਲ ਤੁਸੀਂ ਸਭ ਨੇ ਅਦਾ ਕੀਤੇ ਨੇ। ਕੋਈ ਇਨਸਾਨ ਕੁਛ ਉਦੋਂ ਬਣਦਾ ਹੈ ਜਦੋਂ ਉਹ ਆਪਣੇ ਰੂਟੀਨ ਦੇ ਕੰਮ ਤੋਂ ਹਟ ਕੇ ਕੁਛ ਵੱਖਰਾ ਕਰਦਾ ਹੈ। ਹਰ ਇੱਕ ਇਨਸਾਨ ਆਪਣਾ ਰੂਟੀਨ ਦਾ ਕੰਮ ਤਾਂ ਹਰ ਕੋਈ ਕਰਦਾ ਹੈ, ਕਰਨਾ ਵੀ ਚਾਹੀਦਾ ਹੈ, ਸਾਡੀ ਡਿਊਟੀ ਵੀ ਹੈ। ਜੇ ਮੈਂ ਮਾਂ ਹਾਂ, ਜੇ ਮੈਂ ਪਤਨੀ ਹਾਂ, ਜੇ ਮੈਂ ਫਰੈਂਡ ਹਾਂ ਤਾਂ ਮੈਨੂੰ ਆਪਣੀ ਫਰੈਂਡ ਲਈ ਕੁਛ ਕਰਨਾ ਪੈਣਾ, ਮੈਂ ਮਾਂ ਹਾਂ ਤਾਂ ਮੈਨੂੰ ਆਪਣੇ ਬੱਚਿਆਂ ਲਈ ਕੁਛ ਕਰਨਾ ਪੈਣਾ, ਮੈਂ ਪਤਨੀ ਹਾਂ, ਮੈਂ ਨੂੰਹ ਹਾਂ ਤਾਂ ਮੈਨੂੰ ਆਪਣੀ ਨੂੰਹ ਸੱਸ ਮਤਲਬ ਆਪਣੇ ਪੇਰੈਂਟਸ ਵਾਸਤੇ ਸਭ ਕੁਛ ਕਰਨਾ ਪੈਣਾ, ਇਲਾਜ ਵਾਸਤੇ ਕੁਛ ਕਰਨਾ ਪੈਣਾ, ਬੱਚਿਆਂ ਵਾਸਤੇ ਕੁਛ ਕਰਨਾ ਪੈਣਾ, ਇਹ ਮੈਂ ਕੁਛ ਵੱਖਰਾ ਨਹੀਂ ਕਰ ਰਹੀ। ਸਾਰੇ ਕਰਦੇ ਆ, ਕਰਨਾ ਵੀ ਚਾਹੀਦਾ, ਜਿਹੜਾ ਨਹੀਂ ਕਰਦੇ ਅਸੀਂ ਉਹਨੂੰ ਚੰਗਾ ਹੀ ਨਹੀਂ ਸਮਝਦੇ। ਪਰ ਜਦੋਂ ਅਸੀਂ ਸੁਸਾਇਟੀ ਲਈ ਕੁਛ ਕਰਦੇ ਹਾਂ, ਜਦੋਂ ਅਸੀਂ ਵਲੰਟੈਰਲੀ ਕੁਛ ਕਰਦੇ ਹਾਂ, ਜਦੋਂ ਅਸੀਂ ਇਹ ਸੋਚ ਕੇ ਕਰਦੇ ਹਾਂ ਕਿ ਮੈਨੂੰ ਇਹਦੇ ਬਦਲੇ 'ਚ ਕੀ ਮਿਲੇਗਾ, ਇਸ ਤੋਂ ਹਟ ਕੇ ਇਹ ਨਾ ਸੋਚੀਏ ਕਿ ਇਹਦੇ ਬਦਲੇ 'ਚ ਮੈਨੂੰ ਕੀ ਮਿਲੇਗਾ, ਉਹ ਕੰਮ ਤੁਹਾਨੂੰ ਵਰਥ ਮਿਲਦਾ ਹੈ, ਉਸ ਕੰਮ ਦੇ ਨਾਲ ਹੀ ਤੁਹਾਡਾ ਨਾਮ ਬਣਦਾ ਹੈ, ਉਸ ਕੰਮ ਦੇ ਨਾਲ ਹੀ ਤੁਹਾਡੀ ਪਹਿਚਾਣ ਬਣਦੀ ਹੈ। ਉਹਦੇ ਇੱਥੇ ਮੈਂ ਕੈਂਡਲ ਲਾਈਟ ਨਹੀਂ ਕੀਤੀ ਸੀਗੀ ਅਤੇ ਮੈਡਮ ਬਹੁਤ ਅੱਛੀ ਕੰਪੇਅਰਿੰਗ ਕਰਦੇ ਨੇ, ਅਤੇ ਮੈਡਮ ਨੇ ਵਰਡਿੰਗ ਬੋਲੀ ਸੀ ਕਿ ਦੀਵਾ ਨਹੀਂ ਬੋਲਦਾ, ਦੀਵੇ ਦੀ ਰੋਸ਼ਨੀ ਬੋਲਦੀ ਹੈ। ਇਨਸਾਨ ਨਹੀਂ ਬੋਲਦਾ, ਇਨਸਾਨ ਦੇ ਕੰਮ ਬੋਲਦੇ ਨੇ। ਮੇਰੇ ਹਸਬੈਂਡ ਪ੍ਰੋਫੈਸਰ ਲਖਬੀਰ ਸਿੰਘ ਵਿੱਚੋਂ ਬਹੁਤ ਸਾਰੇ ਜਾਣਦੇ ਹੋਣਗੇ ਉਹਨਾਂ ਨੂੰ, ਉਹਨਾਂ ਨੇ ਬਹੁਤ ਕੰਮ ਕੀਤਾ ਹੈ। ਔਰ ਉਹ ਜਦੋਂ ਹੁਣ ਇਸ ਵਕਤ ਨਹੀਂ ਹੈਗੇ ਤਾਂ ਕਈ ਵਾਰੀ ਮੇਰਾ ਮਨ ਭਰ ਜਾਂਦਾ ਅਤੇ ਮੈਂ ਕਦੀ ਇੱਧਰ ਜਾਂਦੀ ਹਾਂ ਅਤੇ ਮੈਂ ਗੱਲ ਕਰਦੀ ਹਾਂ ਅਤੇ ਮੈਨੂੰ ਫਿਰ ਸਭ ਕਹਿੰਦੇ ਨੇ ਕਿ ਉਹ ਫਿਜ਼ੀਕਲੀ ਨਹੀਂ ਹੈਗੇ, ਕੰਮ ਅੱਜ ਵੀ ਉਹਨਾਂ ਦਾ ਬੋਲਦਾ ਹੈ, ਉਹਨਾਂ ਨੇ ਕੰਮ ਕੀਤਾ ਸੁਸਾਇਟੀ ਲਈ ਕੰਮ ਕੀਤਾ। ਔਰ ਉਹ ਬਿਮਾਰ ਰਹੇ ਨੇ 15 ਸਾਲ, ਉਹਨਾਂ ਨੂੰ ਕੈਂਸਰ ਰਿਹਾ ਔਰ ਬਹੁਤ ਜ਼ਿਆਦਾ ਟ੍ਰੀਟਮੈਂਟ ਚੱਲਿਆ ਉਹਨਾਂ ਦਾ, ਬਹੁਤ ਪੈਸੇ ਦੀ ਜ਼ਰੂਰਤ ਪਈ। ਮੈਂ ਅਸੀਂ ਬਹੁਤ ਪੈਸੇ ਵਾਲੇ ਬੰਦੇ ਨਹੀਂ ਹੈਗੇ, ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਨੇ। ਪ੍ਰੋਫੈਸਰ ਸੀ ਡੀ ਏ ਵੀ ਕਾਲਜ ਵਿੱਚ, ਕੋਈ ਇੰਨੀ ਤਨਖਾਹ ਨਹੀਂ ਹੁੰਦੀ ਪ੍ਰੋਫੈਸਰ ਦੀ ਵੀ ਕਿ ਉਹ ਆਪਣਾ ਕਰੋੜਾਂ ਰੁਪਏ ਦਾ ਇਲਾਜ ਕਰ ਸਕਣ, ਪਰ ਸਾਨੂੰ ਕਦੀ ਪੈਸੇ ਮੰਗਣ ਦੀ ਜ਼ਰੂਰਤ ਨਹੀਂ ਪਈ, ਸਭ ਨੇ ਆਪਣੇ ਆਪ ਮੇਰੀ ਮਦਦ ਕੀਤੀ ਔਰ ਉਹ ਮਦਦ ਉਹਨਾਂ ਦੇ ਕੰਮ ਤੋਂ ਹੋਈ।
ਸਭ ਚਾਹ ਰਹੇ ਸੀ ਕਿ ਉਹ ਬੰਦਾ ਜਿਉਂਦਾ ਰਹੇ, ਸਭ ਚਾਹੁੰਦਾ ਸੀ ਮੀਨਸ ਕਿ ਕੰਮ ਬੋਲਦਾ ਹੈ। ਅੱਜ ਇਹ ਯੂਥ ਜਿੰਨਾ ਵੀ ਇੱਥੇ ਬੈਠਾ ਹੈ, ਅਗਰ ਇਹ ਪ੍ਰਣ ਕਰ ਲਵੇ ਕਿ ਮੈਂ ਵਲੰਟੈਰਲੀ ਕੰਮ ਕਰਨਾ ਹੈ, ਚਾਹੇ ਉਹ ਤੁਸੀਂ ਸੁਸਾਇਟੀ ਵਿੱਚ ਜਿਹੜੇ ਬੱਚੇ ਨਹੀਂ ਪੜ੍ਹਦੇ ਉਹਨਾਂ ਨੂੰ ਪੜ੍ਹਾਓ, ਜਿਹੜੀਆਂ ਕੁੜੀਆਂ ਨਹੀਂ ਪੜ੍ਹਦੀਆਂ ਉਹਨਾਂ ਨੂੰ ਪੜ੍ਹਾਓ। ਅੱਜ ਅਸੀਂ ਇੱਥੇ ਸਭ ਨੇ ਦੇਖਿਆ, ਸਾਰੇ ਵੂਮੈਨਸ ਦੇ ਅਲੱਗ ਅਲੱਗ ਰੂਲ, ਅਲੱਗ ਅਲੱਗ ਰੂਲਸ ਦੇਖੇ ਆਪਾਂ ਸਭ ਨੇ ਕਿ ਇੱਕ ਵੂਮੈਨ ਕੀ ਕਰਦੀ ਆ। ਪਰ ਪਿੰਡਾਂ ਦੇ ਵਿੱਚ ਔਰਤਾਂ ਦੀ ਅੱਜ ਵੀ ਕੰਡੀਸ਼ਨ ਬਹੁਤ ਅੱਛੀ ਨਹੀਂ ਹੈ, ਉਹਨਾਂ ਵਿੱਚ ਕੌਨਫੀਡੈਂਸ ਅੱਜ ਵੀ ਨਹੀਂ ਹੈ। ਸਾਡਾ ਪਹਿਲ ਐਨ ਜੀ ਓ ਦਾ ਪਿੰਡਾਂ ਦੇ ਵਿੱਚ ਕੰਮ ਚੱਲਦਾ, ਉਹਨਾਂ ਨੂੰ ਅਸੀਂ ਸਿੱਖਿਆ ਦਿੰਦੇ ਹਾਂ, ਉਹਨਾਂ ਨੂੰ ਅਸੀਂ ਸਕਿੱਲ ਦਿੰਦੇ ਹਾਂ, ਸਕਿੱਲ ਦੇਣ ਤੋਂ ਬਾਅਦ ਅਸੀਂ ਜਦੋਂ ਉਹਨਾਂ ਨੂੰ ਕਹਿੰਦੇ ਹਾਂ ਕਿ ਕੰਮ ਕਰੋ ਤਾਂ ਉਹ ਕਹਿੰਦੀਆਂ ਨੇ ਮੈਡਮ ਅਸੀਂ ਇਕੱਲੇ ਕਿਵੇਂ ਕਰਾਂਗੇ, ਅਸੀਂ ਇਕੱਲੇ ਨਹੀਂ ਕਰ ਸਕਦੇ। ਉਹਨਾਂ ਵਿੱਚ ਕੌਨਫੀਡੈਂਸ ਨਹੀਂ ਹੈ, ਇਕੱਲੇ ਬਹੁਤ, ਜਿਹੜਾ ਵੀ ਅੱਗੇ ਵਧਿਆ ਇਕੱਲਾ ਹੀ ਵਧਿਆ। ਸ਼ੁਰੂਆਤ ਅਸੀਂ ਇਕੱਲੇ ਹੀ ਕਰਦੇ ਹਾਂ, ਕਾਰਵਾਂ ਬਾਅਦ ਵਿੱਚੋਂ ਬਣਦਾ ਹੈ, ਕਾਰਵਾਂ ਨਹੀਂ ਸ਼ੁਰੂ ਵਿੱਚ ਹੁੰਦਾ, ਬੰਦਾ ਪਹਿਲਾਂ ਇਕੱਲਾ ਹੀ ਜਾਂਦਾ ਹੈ, ਉਸ ਤੋਂ ਬਾਅਦ ਉਹਦੇ ਨਾਲ ਫੋਲੋਅਰਸ ਬਹੁਤ ਮਿਲ ਜਾਂਦੇ ਨੇ, ਪਰ ਉਹ ਇਕੱਲੇ ਅੱਗੇ ਵਧਣ ਵਾਸਤੇ ਹਿੰਮਤ ਚਾਹੀਦੀ ਹੈ। ਔਰ ਮੈਂ ਤੁਹਾਨੂੰ ਸਭ ਨੂੰ ਇਹੀ ਯੂਥ ਨੂੰ ਮੈਂ ਖਾਸ ਕਰਕੇ ਜ਼ਰੂਰ ਕਹਿੰਦੀ ਹਾਂ ਕਿ ਵੀ ਅੱਜ ਜਿੰਨੇ ਵੀ ਟੀਚਰਸ ਨੇ ਇਹ ਸਭ ਅੱਗੇ ਵਧੇ ਨੇ, ਤੁਸੀਂ ਅੱਗੇ ਵੱਧ ਸਕਦੇ ਹੋ, ਪਰ ਆਪਣੀ ਰੂਟੀਨ ਤੋਂ ਅਲੱਗ ਬੁਲੰਟ ਲਈ ਕੁਛ ਕਰੋ। ਥੈਂਕ ਯੂ।